ਜਵਾਬ ਉਹਨਾਂ ਨੂੰ ਦੇਨੇ ਪਣਦੇ ਸੀ ਉਹਨਾਂ ਨੂੰ ਬੜੀ ਸਹਜ ਦੇ ਵਿੱਚ ਜਵਾਬ ਦੇ ਦੇਨੇ ਚਾਹੀਦੇ ਸੀ ਪ੍ਰਧਾਨ ਉਹਨਾਂ ਨੂੰ ਵੀ ਫਰਾਖ ਦੇ ਲਈ ਦਿਖਾਉਣੀ ਚਾਹੀਦੀ ਵੀ ਕੀ ਗੱਲ ਹੈ ਕੋਈ ਗੱਲ ਨਹੀਂ ਬੱਚੇ ਆ ਘਰਾਂ ਦੇ ਵਿੱਚ ਬੱਚੇ ਨਹੀਂ ਨਰਾਸ ਹੋ ਜਾਂਦੇ ਥੋੜੇ ਆਪਣੇ ਯਾਨੀ ਕਿ ਇਹ ਰੋਸ ਜਿਹੜਾ ਪੈਰਾਣੀਆਂ ਸਿਸਟਮ ਚੱਲਿਆ ਰਿਹਾ ਉਹ ਖੁੰਗਵਾੜ ਸੀ ਜਿਹੜਾ ਕੱਢਿਆ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪਿਛਲਾ ਸਾਰਾ ਜੋ ਵੀ ਉਸ ਦਾ ਸਰਨ ਕੁੰਜਨੀ ਜਿੰਨਿਆ ਉਹਨੇ ਕੀਤਾ ਆਪਣੇ ਦੌਰਾਨ ਡਿਊਰਿੰਗ ਇਸ ਚੀਫ ਮਿਨਿਸਟਰਸ਼ਿਪ ਉਹ ਬੰਦੀ ਸਿੰਘਾ ਦੇ ਮੁਖਾਲਫਤ ਵਿੱਚ ਇੱਥੇ 1200 ਕਰੋੜ ਰੁਪਏ ਹੇਮਕੁੰਡ ਤੇ ਖਰਚ ਕਰਦਾ ਤਾਂ ਕਿ ਸਿੱਖਾਂ ਨੂੰ ਦਰਬਾਰ ਸਾਹਿਬ ਨਾਲੋਂ ਤੋੜ ਕੇ ਹੇਮਕੁੰਡ ਦੇ ਲੜਲਾ ਦੇਉਂ। ਔਰ ਅਕਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਮੋਦੀ ਦਾ ਉਸ ਵੇਲੇ ਧੰਨਵਾਦ ਕਰ ਰਿਹਾ ਬਾਰਾ ਵੀਰ ਵੀਰਬਾਲ ਦੇ ਫਿਸਤੇ ਅਪੋਜ਼ ਕਰ ਰਿਹਾ। ਔਰ ਦੂਸਰੇ ਪਾਸੇ ਜਿਹੜਾ ਹੈਗਾ ਜਿਹੜਾ ਹੇਮਕੁੰਟਾ ਉਸ ਦੇ ਉੱਤੇ ਉਹਦਾ ਬਹੁਤ ਧੰਨਵਾਦ ਕਰ ਰਿਹਾ ਬਲਕਿ ਚਿੱਠੀ ਲਿਖ ਰਿਹਾ ਮਤਲਬ ਕਿਸ ਕਿਸਮ ਦਾ ਕਹਿੰਦੇ ਆ ਨਾ ਵੀ ਪੀ ਐਚ ਡੀ ਕਰਦਾ ਜਾਂ ਕਰ ਲਈ ਕਿ ਕਿਸ ਕਿਸਮ ਦੀ ਤੇਰੀ ਪੀ ਐਚ ਡੀ ਉਹਦੀ ਕੋਈ ਇਤਿਹਾਸਿਕ ਸਥਾਨ ਹੈ ਜੇ ਮੋਦੀ ਨੂੰ ਇੰਨਾ ਹੀ ਸਿੱਖੀ ਦਾ ਤਰਦਾ ਤਾਂ ਉਹ ਦਰਬਾਰ ਸਾਹਿਬ ਦਾ ਆਲਾ ਦਵਾਲਾ ਕਿਉਂ ਨਹੀਂ ਸੁਧਾਰਦਾ ਉੱਥੇ ਕਿਉਂ ਨਹੀਂ ਸਫਾਈ ਕਰਦਾ ਸੁਮੇਰ ਸਿੰਘ ਸੈਣੀ ਨੂੰ ਭਲੇ ਸੌਣ ਨਹੀਂ ਸਿਖਾਤੀ ਉਸ ਤੋਂ ਇਕਤਮ ਲੈ ਕੇ ਆਇਆ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਬਤੌਰ ਡੀਜੀਪੀ ਸੁਖਬਸ ਮੇਰ ਸਿੰਘ ਸੈਣੀ ਦਾ ਕੀ ਰੋਲ ਰਿਹਾ ਉਸਨੇ ਬਹੁਤ ਦਰਜਨਾ ਹੀ ਮੈਨੂੰ ਪਤਾ ਨਹੀਂ ਸੈਂਕੜੇ ਹੋਣੀ ਦਰਜਨਾ ਤਾਂ ਡੈਫੀਨਿਟਲੀ ਹੋਣੀ ਹੈ ਨਿਰਦੋਸ਼ ਸਿੱਖ ਬੱਚਿਆਂ ਦਾ ਕਤਲ ਕੀਤਾ ਉਸਨੇ ਉਹ ਇਤਨਾ ਪਰਚੂਕਿਆ ਕਿਸੇ ਵੀ ਕੀਮਤ ਦੇ ਉੱਤੇ ਬਾਦਲ ਪਰਿਵਾਰ ਨੂੰ ਕਦੇ ਵੀ ਆਪਣੇ ਲੜ ਲੌਣ ਨੂੰ ਤਿਆਰ ਨਹੀਂ ਆਹ ਦੇਖ ਲਓ ਮਨਪ੍ਰੀਤ ਬਾਦਲ ਨੇ ਕੱਲ ਕੀ ਕੀਤਾ ਔਕ ਮੋਰਚੇ ਤੇ ਕੋਈ ਵੀ ਬੰਦਾ ਸਮਰਥਨ ਦੇਣ ਲਈ ਆਉਂਦਾ ਆ ਲੱਗਦਾ ਨਹੀਂ ਵੀ ਅੱਜ ਦੀ ਘੜੀ ਜਦੋਂ ਤੁਸੀਂ ਇੱਕ ਪਾਸੇ ਜੰਗ ਲੜ ਰਹੇ ਹੋ ਤਾਂ ਉਸ ਸਮੇਂ ਦੇ ਦੌਰਾਨ ਤਾਂ ਤੁਹਾਨੂੰ ਜਿਵੇਂ ਕਹਿੰਦੇ ਨੇ ਵੀ ਛੋਟੀ ਛੋਟੀ ਚੀਜ਼ ਸਹਾਇੀ ਹੁੰਦੀ ਆ ਉਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਜੇ ਹੋਊਗਾ ਉਹਦਾ ਤੁਹਾਨੂੰ ਨਹੀਂ ਲੱਗਦਾ ਵੀ ਨੁਕਸਾਨ ਹੁੰਦਾ ਦੇਖੋ ਉਹਦੇ ਵਿੱਚ ਕੌਣ ਥੋੜਾ ਸਹਾਇੀ ਹੋ ਰਿਹਾ ਹੈ ਉਹ ਸਹਾਇੀ ਹੋ ਰਿਹਾ ਜਿਨ੍ਹਾਂ ਨੇ ਪਹਿਲਾਂ ਇਹੀ ਮੁੱਦਿਆਂ ਦੇ ਉੱਤੇ ਸਿੱਖਾਂ ਦਾ ਵਿਰੋਧ ਕੀਤਾ ਸਸ਼ੀਕਾਲ ਸਿੱਖ ਮੁੱਦਿਆਂ ਨੂੰ ਲੈ ਕੇ ਜਦੋਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਤਾਂ ਅਕਸਰ ਹੀ ਦੇਖਿਆ ਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਬਾਦ ਵਿਵਾਦ ਦਾ ਕਾਰਨ ਬਣ ਜਾਂਦੀਆਂ ਨੇ ਜ਼ਿਕਰ ਚਰਚਾਵਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਮੋਰਚਾ ਲੱਗਿਆ ਉੱਥੇ ਦੇਖਿਆ ਜਾਵੇ ਬਹੁਤ ਸਾਰੇ ਲੋਕ ਆਉਂਦੇ ਨੇਗੇ ਪਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਇੱਕ ਪਾਸੇ ਜਦੋਂ ਦਾਦੂ ਵਾਲਾ ਇਹ ਸਮਰਥਨ ਦੇਣ ਵਾਸਤੇ ਉਹਨਾਂ ਦਾ ਵੀ ਵਿਰੋਧ ਹੋਇਆ ਤਾਂ ਮੇ ਪਹੁੰਚਦੇ ਨੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦਾ ਵੀ ਵਿਰੋਧ ਹੁੰਦਾ ਦੂਜੇ ਪਾਸੇ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਇਨਾ ਸਾਰਿਆਂ ਦੇ ਪਿੱਛੇ ਜੇ ਦੇਖਿਆ ਜਾਵੇ ਕਿ ਐਸਜੀਪੀਸੀ ਦਾ ਜਿਹੜਾ ਮੂਲ ਮੰਤਰਾ ਜਾਂ ਧਰਮ ਬਣਦਾ ਤਾਂ ਉਹ ਇੱਕ ਹੀ ਵੀ ਆ ਕਿਿੱਥੇ ਜਿਹੜਾ ਸਿੱਖ ਮਸਲਿਆਂ ਨੇ ਉਹਨਾਂ ਦੀ ਰੱਖਿਆ ਕਰਨਾ ਨਾਲ ਨਾਲ ਗੱਲ ਇਹ ਹੈ ਕਿ ਸਿੱਖੀ ਨੂੰ ਲੈ ਕੇ ਨੌਜਵਾਨਾਂ ਨੂੰ ਕਿੰਨਾ ਐਜੂਕੇਟ ਕੀਤਾ ਜਾਂਦਾ ਕਿਉਂਕਿ ਇਹ ਦੋਨਾਂ ਚੀਜ਼ਾਂ ਦੇ ਵਿੱਚ ਇੱਕ ਪਾਸੇ ਵਿਰੋਧ ਹੋਣਾ ਦੂਜੇ ਪਾਸੇ ਰਿਹਾਈ ਨੂੰ ਲੈ ਕੇ ਐਜੂਕੇਸ਼ਨ ਆਖਰਕਾਰ ਜੇ ਦੇਖਿਆ ਜਾਵੇ ਸਾਡੇ ਹੀ ਸਿੱਖ ਨੌਜਵਾਨਾਂ ਨੂੰ ਲੈ ਕੇ ਕਿੰਨੀ ਕੁ ਦਿੱਤੀ ਗਈ ਕਿ ਅੱਜ ਜਦੋਂ ਸਾਡੇ ਪ੍ਰਧਾਨੀ ਉਹਨਾਂ ਤੋਂ ਨਰਾਜ਼ ਨਜ਼ਰ ਆਉਂਦੇ ਨੇ ਕਿ ਇਸ ਤਰ੍ਹਾਂ ਦਾ ਵਤੀਰਾ ਨਹੀਂ ਹੋਣਾ ਚਾਹੀਦਾ ਸੀਗਾ ਸਾਡੇ ਨਾਲ ਸਿੱਖ ਬੁੱਧੀ ਜੀ ਵੀ ਹੈ ਕਿ ਨਾ ਗੁਰਦਸ਼ਨ ਢਿੱਲੋਂ ਢਿੱਲੋਂ ਸਾਹਿਬ ਦੋਏ ਦੋ ਮਸਲੇ ਦੋਵੇਂ ਖੈਰ ਦੋਨਾਂ ਦੇ ਪਿੱਛੇ ਦਾ ਜ਼ਿਕਰ ਆਉਂਦਾ ਐ ਐਜੂਕੇਸ਼ਨ ਦਾ ਕੀ ਕਦੇ ਸਿੱਖੀ ਤੋਂ ਜੇ ਕਹੀਏ ਕਿ ਐਸਜੀਪੀਸੀ ਦਾ ਜਿਵੇਂ ਦੇਖਿਆ ਜਾ ਮੂਲ ਧਰਮ ਹੈ ਸਿੱਖੀ ਨੂੰ ਹੀ ਲੈ ਕੇ ਬਚਾਉਣ ਨੂੰ ਲੈ ਕੇ ਉਹਨਾਂ ਦੀ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਪਿੱਛੇ ਰਹੀ ਸਿੱਖੀ ਵਾਸਤੇ ਰੋਜ਼ਾਨਾ ਸਪੋਕਸਮੈਨ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਇਹ ਤੱਕਾ ਮੁੱਕੀ ਉੱਥੇ ਹੋਇਆ ਜਾਂ ਜੋ ਵੀ ਕੁਝ ਹੋਇਆ ਇਹ ਮੰਦ ਭਾਗੀ ਗੱਲ ਹੈ ਇਹ ਹੋਣਾ ਨਹੀਂ ਸੀ ਚਾਹੀਦਾ ਸਵਾਲ ਜ਼ਰੂਰ ਕਰਨੇ ਚਾਹੀਦੇ ਜਵਾਬ ਉਹਨਾਂ ਨੂੰ ਦੇਣੇ ਬਣਦੇ ਸੀ ਉਹਨਾਂ ਨੂੰ ਬੜੀ ਸਹਜ ਦੇ ਵਿੱਚ ਜਵਾਬ ਦੇ ਦੇਣੇ ਚਾਹੀਦੇ ਸੀ ਪਰ ਜਵਾਬ ਉਹ ਦੇ ਨਹੀਂ ਸੀ ਸਕਦੇ ਉਹਦਾ ਕਾਰਨ ਇਹ ਹੈ ਜੋ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਵੀ ਕਾਰਵਾਈ ਹੈ ਜਾਂ ਉਹਦੀ ਜਿਹੜੀ ਬੰਤਰ ਹੈ ਉਸ ਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਹੈ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪਿਛਲਾ ਸਾਰਾ ਜੋ ਵੀ ਉਸ ਦਾ ਕਾਰਨ ਜਿੰਨੀ ਜਿੰਨਿਆ ਉਹਨੇ ਕੀਤਾ ਆਪਣੇ ਦੌਰਾਨ ਡਿਊਰਿੰਗ ਹਿਸ ਚੀਫ ਮਿਨਿਸਟਰਸ਼ਿਪ ਉਹ ਬੰਦੀ ਸਿੰਘਾਂ ਦੇ ਮੁਖਾਲਫੇ ਵਿੱਚ ਸੀ ਉਸ ਬੰਦੇ ਨੇ ਪੈਸੇ ਇਕੱਠੇ ਕੀਤੇ ਜਿਨ੍ਹਾਂ ਨੇ ਜਿਨ੍ਹਾਂ ਪੁਲਿਸ ਆਫੀਸਰਸ ਨੇ નિર્ਦੋਸ਼ ਸਿੱਖਾਂ ਦਾ ਕਤਲੋਗਾਰਦ ਕੀਤਾ ਸੀ ਉਹਨਾਂ ਨੂੰ ਡਿਫੈਂਡ ਕਰਨ ਲਈ ਵਕੀਲਾਂ ਦੀ ਫੀਸਾਂ ਦੇਣ ਲਈ ਉਹਨਾਂ ਦੇ ਹੱਕ ਵਿੱਚ ਖੜਾ ਹੋਇਆ ਪੁਲਸੀਆ ਦੇ ਸੁਮੇਤ ਸਿੰਘ ਸੈਣੀ ਨੂੰ ਹਲੇ ਸੌਣ ਨਹੀਂ ਸੀ ਖਾਦੀ ਉਸ ਤੋਂ ਇੱਕਦਮ ਲੈ ਕੇ ਆਇਆ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਬਤੌਰ ਡੀਜੀਪੀ ਸੁਖਬੀ ਸੁਮੇਤ ਸਿੰਘ ਸੈਣੀ ਦਾ ਕੀ ਰੋਲ ਰਿਹਾ ਉਸ ਨੇ ਬਹੁਤ ਦਰਜਣਾ ਹੀ ਮੈਂ ਪਤਾ ਨਹੀਂ ਸੈਂਕੜੇ ਹੋਣੇ ਦਰਜਣਾ ਤਾਂ ਡੈਫੀਨਿਟਲੀ ਹੋਣੀਆਂ ਨਿਰਦੋਸ਼ ਸਿੱਖ ਬੱਚਿਆਂ ਦਾ ਕਤਲ ਕੀਤਾ ਉਸਨੇ ਔਰ ਉਹ ਇਸ ਗੱਲ ਦੇ ਵਿੱਚ ਭਾਗੀ ਵਾਰ ਹੈ ਤੋਂ ਜਿਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਉਸ ਬੰਦੇ ਨੂੰ ਡੀਜੀਪੀ ਲੈ ਕੇ ਆਉਂਦੇ ਆ ਅਬਲਕੇ ਉਹ ਸੁਪਰਸੀਡ ਕਰਦਾ ਕਈ ਸੀਨੀਅਰ ਆਫੀਸਰਸ ਨੂੰ ਤੋ ਉਸ ਨੂੰ ਸਾਰਾ ਐਡਮਿਨਿਸਟ੍ਰੇਸ਼ਨ ਦੀ ਵਾਗਲੂਰ ਸੰਭਾਲਦੇ ਆ ਤਾਂ ਕੀ ਮੈਸੇਜ ਆਉਂਦਾ ਕੀ ਉਹ ਮੈਸੇਜ ਇਹ ਦੇਣ ਚ ਕਾਮਯਾਬ ਹੁੰਦੇ ਆ ਕਿ ਉਹ ਸਿੱਖਾਂ ਦੀਆਂ ਜਿਹੜੀਆਂ ਜੈਨੂਨ ਜੋ ਵੀ ਉਹਨਾਂ ਦੀ ਗ੍ਰੀਵੈਂਸਸ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਕੋਈ ਉਹਨਾਂ ਦੇ ਮਨ ਦੇ ਉੱਤੇ ਮਾਨਸਿਕ ਤੌਰ ਤੇ ਬੋਝ ਹੈ ਜਾਂ ਨਹੀਂ ਹੈ ਕਿਸ ਤਰੀਕੇ ਦਾ ਜ਼ੁਲਮੋ ਸਿੱਤਮ ਸਿੱਖਾਂ ਦੇ ਨਾਲ ਹੋਇਆ ਸਿੱਖ ਨੌਜਵਾਨਾਂ ਨੂੰ ਸਿੱਖ ਬੱਚਿਆਂ ਨੂੰ ਕੋ-ਕੋ ਕੇ ਮਤਲਬ ਮਾਰਿਆ ਗਿਆ। ਹੂੰ। ਤਾਂ ਉਸ ਗੱਲ ਦਾ ਦੂਸਰੇ ਪਾਸੇ ਕੀ ਮੈਸੇਜ ਆਂਦਾ ਮੈਸੇਜ ਆਂਦਾ ਕਿ ਭਾਈ ਇਹ ਆਦਮੀ ਤਾਂ ਦੂਜੇ ਪਾਸੇ ਖੜਾ ਸਾਡੇ ਵਿਰੋਧ ਚ ਖੜਾ ਸਾਡੀ ਮੁਖਾਲਫਤ ਕਰ ਰਿਹਾ ਸਿੱਖ ਪੁਲਿਸ ਅਫਸਰਾਂ ਦੀ ਮਦਦ ਕਰ ਰਿਹਾ ਜਿਹੜੇ ਦੋਸ਼ੀ ਆ ਜਿਹੜੇ ਦੋਸ਼ੀ ਪੁਲਿਸ ਅਫਸਰ। ਤਾਂ ਇਹ ਸਾਰੀ ਦੀ ਸਾਰੀ ਇੱਕ ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਗੱਲ ਜਾ ਚੁੱਕੀ ਹੈ। ਉਹ ਦੇਖੋ ਇਬਰਾਹਿਮ ਲਿੰਕਨ ਦੀ ਇੱਕ ਬਹੁਤ ਵੱਡੀ ਕਉਟੇਸ਼ਨ ਹੈ ਕਿ ਯੂ ਕਨ ਬੀ ਫੂਲ ਹਾਲ ਆਫ ਦੀ ਪੀਪਲ ਹਾਫ ਆਫ ਦਾ ਟਾਈਮ ਹਾਫ ਆਫ ਦੀ ਪੀਪਲ ਹਾਲ ਆਫ ਦਾ ਟਾਈਮ ਬਟ ਨਾਟ ਹਾਲ ਆਫ ਦੀ ਪੀਪਲ ਹਾਲ ਆਫ ਦਾ ਟਾਈਮ ਹਮੇਸ਼ਾ ਇਹ ਲੋਕਾਂ ਦਾ ਤੁਸੀਂ ਬੇਫਿਕੂਰ ਨਹੀਂ ਬਣਾ ਸਕਦੇ ਇਹ ਜਿਹੜਾ ਧਾਮੀ ਤੇ ਜੋ ਵੀ ਹੋਇਆ ਮਾੜੀ ਗੱਲ ਹੋਈ ਹੈ ਮੈਂ ਉਸ ਦੀ ਕਿਸੇ ਵੀ ਕੀਮਤ ਤੋਂ ਸਪੋਕ ਨਹੀਂ ਕਰਦਾ ਪਰ ਇਹ ਇੱਕ ਐਕਿਮੂਲੇਟਿਵ ਇਫੈਕਟ ਹੈ इकठा होया वे रोस आ ਸਿੱਖਾਂ ਦੇ ਮਨਾਂ ਦੇ ਵਿੱਚ ਜਿਸ ਕਿਸਮ ਦੀ ਸਿੱਖਾਂ ਦੇ ਨਾਲ ਦਰੈਤ ਕੀਤਾ ਜਾ ਰਿਹਾ ਲਗਾਤਾਰ ਯਾਨੀ ਕਿ ਇਹ ਰੋਸ ਜਿਹੜਾ ਪੁਰਾਣੀਆਂ ਸਿਸਟਮ ਚੱਲਿਆ ਰਿਹਾ ਉਹ ਕੁਮਗਵਾੜ ਸੀ ਜਿਹੜਾ ਕੱਢਿਆ ਲੋਕਾਂ ਨੇ ਕੁਮਗਵਾੜ ਮਤਲਬ ਮਨਾਂ ਦੇ ਵਿੱਚ ਹੁਣ ਜਿਸ ਤਰ੍ਹਾਂ ਤੁਸੀਂ ਦਾदूवाल ਦੀ ਗੱਲ ਕੀਤੀ ਦਾदूवाल ਨੇ ਜਿਹੜਾ ਉਹ ਮੋਰਚਾ ਵਿੱਚੋਂ ਤੋਂ ਪੈਸੇ ਖਾ ਕੇ ਉੱਡ ਗਿਆ ਉਹ ਮਤਲਬ ਫੇਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਲਈ ਮਤਲਬ ਮੋਦੀ ਦੀ ਵੀਰਬਾਲ ਦਿਵਸ ਤੇ ਉੱਤੇ ਮੋਦੀ ਦਾ ਧੰਨਵਾਦ ਕਰ ਰਿਹਾ ਏਸੀ ਤਰੀਕੇ ਦੇ ਨਾਲ ਉਹ ਜਿਹੜਾ ਗੁਰਦੁਆਰਾ ਉੱਤੇ ਬਣਾਇਆ ਵਿਆ ਹਿਮਕੁੰਟ ਉਹ ਦੀ ਕੋਈ ਮਤਲਬ ਵजूद ਨਹੀਂ ਹੈ ਸਿੱਖ ਸਿਧਾਂਤਾਂ ਦੇ ਵਿੱਚ ਉਸ ਦੀ ਕੋਈ ਇਤਿਹਾਸਿਕ ਸਥਾਨ ਨਹੀਂ ਉਹਦੇ ਉੱਤੇ ਬੋਦੀ ਦਾ ਤੋਂ ਸ਼ੁਕਰ ਕਰ ਰਿਹਾ ਹਾਂ ਬਹੁਤ ਧੰਨਵਾਦ ਕਰ ਰਿਹਾ ਹਾਂ ਬਲਕਿ ਉਹ ਤਾਂ ਸਿੱਖੀ ਸਿਧਾਂਤਾਂ ਦੇ ਵਿਰੋਧ ਚ ਤਪੱਸਿਆ ਦਾ ਤਾਂ ਕੋਈ ਮਤਲਬ ਕਿਸੇ ਕਿਸਮ ਦਾ ਕੋਈ ਵੀ ਸਥਾਨ ਹੀ ਨਹੀਂ ਸਿੱਖੀ ਦੇ ਵਿੱਚ ਸਿੱਖ ਸਿਧਾਂਤਾਂ ਦੇ ਵਿੱਚ ਤੋਂ ਉਹ ਸਾਰੀ ਦੀ ਸਾਰੀ ਚੀਜ਼ ਆ ਜਿਹੜੀ ਉਹ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਵਸੀ ਹੋਈ ਔਰ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਮੋਦੀ ਦਾ ਉਸ ਵੇਲੇ ਧੰਨਵਾਦ ਕਰ ਰਿਹਾ ਬਾਰਾ ਵੀਰ ਵੀਰ ਬਲ ਦੇ ਵਿਸਤੇ ਆਪੋਸ ਕਰ ਰਿਹਾ ਔਰ ਦੂਸਰੇ ਪਾਸੇ ਜਿਹੜਾ ਹੈਗਾ ਜਿਹੜਾ ਹੇਮਕੁੰਟਾ ਉਸ ਦੇ ਉੱਤੇ ਉਹਦਾ ਬਹੁਤ ਧੰਨਵਾਦ ਕਰ ਰਿਹਾ ਬਲਕਿ ਚਿੱਠੀ ਲਿਖ ਰਿਹਾ ਮਤਲਬ ਕਿਸ ਕਿਸਮ ਦਾ ਕਹਿੰਦੇ ਆ ਨਾ ਵੀ ਪੀ ਐਚ ਡੀ ਕਰਦਾ ਜਾਂ ਕਰ ਲਈ ਕਿ ਕਿਸ ਕਿਸਮ ਦੀ ਤੇਰੀ ਪੀ ਐਚ ਡੀ ਉਹਦੀ ਕੋਈ ਇਤਿਹਾਸਿਕ ਸਥਾਨ ਹੈ ਉਸ ਦਾ ਕੋਈ ਸਿਧਾਂਤਿਕ ਸਥਾਨ ਹੈ ਹੇਮਕੁੰਟ ਦਾ ਔਰ ਉਹ ਨੂੰ ਹੇਮਕੁੰਟ ਸਾਹਿਬ ਇਹ ਗੱਲ ਨਹੀਂ ਸਮਝ ਰਿਹਾ ਬੀ ਸਿੱਖਾਂ ਨੂੰ ਦਰਬਾਰ ਸਾਹਿਬ ਨਾਲੋਂ ਤੋੜ ਕੇ ਹਿਮਕੁੰਡ ਦੇ ਲੜ ਲਾਉਣਾ ਜੇ ਮੋਦੀ ਨੂੰ ਇੰਨਾ ਹੀ ਸਿੱਖੀ ਦਾ ਦਰਦ ਆ ਤਾਂ ਉਹ ਦਰਬਾਰ ਸਾਹਿਬ ਦਾ ਅਲਦਵਾਲਾ ਕਿਉਂ ਨਹੀਂ ਸੁਧਾਰਦਾ ਉੱਥੇ ਕਿਉਂ ਨਹੀਂ ਸਫਾਈ ਕਰਦਾ ਉੱਥੇ ਇਸ ਕਿਸਮ ਦਾ ਬੰਦੋਬਸਤ ਕਰ ਦੇਵੇ ਉੱਥੇ ਤਾਂ ਇੱਕ ਇੱਕ ਪੈਸਾ ਵੀ ਨਹੀਂ ਖਰਚ ਕੀਤਾ ਇੱਥੇ 1200 ਕਰੋੜ ਰੁਪਏ ਹਿਮਕੁੰਡ ਤੇ ਖਰਚ ਕਰਤਾ ਤਾਂ ਕਿ ਸਿੱਖਾਂ ਨੂੰ ਦਰਬਾਰ ਸਾਹਿਬ ਨਾਲੋਂ ਤੋੜ ਕੇ ਹਿਮਕੁੰਡ ਦੇ ਲੜ ਲਾ ਦਿਓ ਹੇਮਕੁੰਟਾ ਜਿਹੜਾ Hindu ਸਿਧਾਂਤਾਂ ਤੇ ਸਥਾਪਿਤ ਕੀਤਾ ਹੋਇਆ ਇੱਕ ਮਿਥਿਕਲ ਗੁਰਦੁਆਰਾ ਸਾਡਾ ਇਤਿਹਾਸਿਕ ਧਰਮ ਸਾਡਾ ਇਤਿਹਾਸਿਕ ਧਰਮ ਸਾਡੇ ਇਤਿਹਾਸਿਕ ਸਰੋਤ ਸਿੱਖਾਂ ਦੇ ਦਰਬਾਰ ਸਾਹਿਬ ਦੇ ਇੱਕ ਇੱਕ ਜ਼ਰੇ ਵਿੱਚ ਸਿੱਖਾਂ ਦੀ ਸ਼ਹਾਦਤਾਂ ਬੋਲ ਰਹੀਆਂ ਹਨ ਉੱਥੋਂ ਤੁਸੀਂ ਤੋਲ ਕੇ ਤੁਸੀਂ ਹੇਮਕੁੰਟ ਦੇ ਨਾਮ ਨਾਲ ਰਾਉਣਾ ਚਾਹੁੰਦੇ ਜਿਸ ਦਾ ਕੋਈ ਸਿਧਾਂਤਿਕ ਪੱਖ ਨਹੀਂ ਸਿੱਖੀ ਦੇ ਪੁਆਇੰਟ ਆਫ View ਤੋਂ ਔਰ ਉਹ 1935 ਤੋਂ ਪਹਿਲਾਂ ਐਗਜ਼ਿਸਟ ਹੀ ਕਰਦਾ ਸਮਝੇ ਕਿ ਨਹੀਂ ਉਹ ਇੱਕ ਕਲਪਨਾ ਹੈ ਭਾਈ ਵੀਰ ਸਿੰਘ ਦੀ ਬਹੁਤ ਵੱਡੀ ਉਸ ਤੋਂ ਗਲਤੀ ਹੋਈ ਹੈ ਉਸ ਕਲਪਨਾ ਦੇ ਉੱਤੇ ਉਹਨਾਂ ਨੇ ਮਤਲਬ ਦਸਮ ਗ੍ਰੰਥੇ ਚ ਲਾਈਨਾਂ ਕੱਢ ਕੇ ਉਹਦੇ ਤੇ ਕਿਹਾ ਵੀ ਉੱਥੇ ਹੈ ਉੱਥੇ ਉਹ ਜਿਹੇ ਤਾਂ ਪਹਾੜ ਜਗਾ ਜਗਾ ਬੈਠੇ ਉਹੋ ਜਿਹੇ ਤਾਂ ਜਗਾ ਜਗਾ ਦੁਨੀਆ ਦੇ ਵਿੱਚ ਆ ਬਲਕਿ ਇੱਥੇ ਹੀ ਨਹੀਂ ਦੁਨੀਆ ਦੇ ਵਿੱਚ ਤੋ ਇਹ ਸਾਰੀ ਦੀ ਸਾਰੀ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਔਰ ਸਿੱਖਾ ਇਸ ਲਈ ਸੁਚੇਤ ਜਾਂ ਹੋ ਰਹੇ ਆ ਸੁਚੇਤ ਤੋ ਉਹਨਾਂ ਦੇ ਦਿਮਾਗ ਦੇ ਵਿੱਚ ਸਾਈਕੀ ਦੇ ਵਿੱਚ ਇੱਕ ਚੀਜ਼ ਵਸੀ ਹੋਈ ਹੈ ਵੀ ਇਹ ਜਿਹੜੀ ਪਾਰਟੀ ਆ ਅਕਾਲੀ ਦਲ ਅਕਾਲੀ ਦਲ ਤਾਂ ਸਿਧਾਂਤਿਕ ਤੌਰ ਦੇ ਉੱਤੇ ਜਦੋਂ ਇਹ ਬਣੀ ਪਾਰਟੀ ਸਿੱਖਾਂ ਦੇ ਹੱਕ ਵਿੱਚ ਸੀ ਸਿੱਖਾਂ ਦੀਆਂ ਜਿਹੜੀਆਂ ਕਿਸ ਕਿਸਮ ਦੇ ਦੁੱਖ ਤਕਲੀਫਾਂ ਸੀ ਉਸ ਦਾ ਹੱਲ ਕਰਨ ਦੇ ਲਈ ਉਸ ਦੇ ਲਈ ਸਟ੍ਰਗਲ ਕਰਨ ਦੇ ਲਈ ਕਿੰਨੀਆਂ-ਕਿੰਨੀਆਂ ਸ਼ਹਾਦਤਾਂ ਕਿੰਨੀਆਂ-ਕਿੰਨੀਆਂ ਤਕਲੀਫਾਂ ਗੁਰਦੁਆਰਾ ਰਿਫਾਰਮ ਮੂਵਮੈਂਟ ਦੇ ਵਿੱਚ ਇਹਨਾਂ ਨੇ ਕੱਟੀਆਂ ਕਿੰਨੀਆਂ ਮਤਲਬ ਸ਼ਹਾਦਤਾਂ 400 ਤੋਂ ਉੱਤੇ ਸ਼ਹਾਦਤਾਂ ਹੋਈਆਂ ਸੈਂਕੜੇ ਲੋਕਾਂ ਦੀਆਂ ਪੈਨਸ਼ਨਾਂ ਜਾਂ ਦਾਦਾ ਖਤਮ ਹੋ ਗਿਆ ਉਹਨਾਂ ਦੀਆਂ ਵਪਾਰ ਖਤਮ ਹੋ ਗਏ ਤਾਂ ਇਹ ਉਸ ਦਾ ਨਤੀਜਾ ਇਹ ਹੈ ਕਿ ਇਹਨਾਂ ਨੇ ਉਸ ਦਾ ਸਾਰਾ ਕੈਰੇਕਟਰ ਹੀ ਬਦਲ ਦਿੱਤਾ ਮੋਗਾ ਕਾਨਫਰੰਸ ਦੇ ਵਿੱਚ ਉਸ ਨੂੰ ਪੰਜਾਬੀ ਪਾਰਟੀ ਬਣਾਤਾ ਹੁਣ ਜੇ ਤੁਸੀਂ ਪੰਜਾਬੀ ਪਾਰਟੀ ਬਣਾਤੀ ਫਿਰ ਤੁਸੀਂ ਸਿੱਖਾਂ ਸਿੱਖ ਤਾਂ ਤੁਹਾਨੂੰ ਜਵਾਬ ਦੇਣੀ ਨਾ ਸਿੱਖਾਂ ਦਾ ਤੁਹਾਡੇ ਨਾਲ ਫਿਰ ਕੀ ਰਿਸ਼ਤਾ ਰਹਿ ਗਿਆ ਜੇ ਪੰਜਾਬੀ ਪਾਰਟੀ ਇਹ ਤਾਂ ਪੰਜਾਬੀ ਪਾਰਟੀ ਦੇ ਵਿੱਚ ਰਹੋ ਤੁਸੀਂ ਹੁਣ ਇਸ ਵੇਲੇ ਲੋਕਾਂ ਦਾ ਸਬਰ ਆ ਰਿਹਾ ਨਾ ਜਿਹੜਾ ਉਹ ਭਰ ਚੁੱਕਿਆ ਉਹ ਇਤਨਾ ਭਰ ਚੁੱਕਿਆ ਉਹ ਕਿਸੇ ਵੀ ਕੀਮਤ ਦੇ ਉੱਤੇ ਬਾਦਲ ਪਰਿਵਾਰ ਨੂੰ ਕਦੇ ਵੀ ਆਪਣੇ ਲੜ ਲਾਉਣ ਨੂੰ ਤਿਆਰ ਨਹੀਂ ਆਹ ਦੇਖ ਲਓ ਮਨਪ੍ਰੀਤ ਬਾਦਲ ਨੇ ਕੱਲ ਕੀ ਕੀਤਾ ਕਿਸ ਕਿਸਮ ਦਾ ਮਤਲਬ ਤੇਰਾ ਤੈਨੂੰ ਕਿੰਨੀ ਵਾਰੀ ਬਣਾਇਆ ਮਨਿਸਟਰ ਬਣਿਆ ਐਮਐਲਏ ਬਣਿਆ ਸਿੱਖਾਂ ਦੀਆਂ ਵੋਟਾਂ ਤੇ ਬਣਿਆ ਤੂੰ ਅੱਜ ਮਤਲਬ ਉਹਨਾਂ ਦੇ ਨਾਲ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਪਾ ਲਈ ਮੋਦੀ ਦੇ ਨਾਲ ਔਰ ਕਿਸ ਕਿਸਮ ਦੀ ਤੂੰ ਉਹਨੂੰ ਤਾਰੀਫ ਕਰ ਰਿਹਾ ਉਹਨੂੰ ਜਿਹੜਾ ਹੋਮ ਮਨਿਸਟਰ ਅਮਿਤ ਸ਼ਾਹ ਨੂੰ ਉਹਨੂੰ ਸ਼ੇਰ ਕਹਿ ਰਿਹਾ ਕਿਹੜਾ ਸ਼ੇਰ ਆ ਉਹ ਕਿਹੜੀ ਸ਼ੇਰ ਵਾਲੀ ਗੱਲ ਕੀਤੀ ਉਸਨੇ ਮਤਲਬ ਕਿਸ ਕਿਸਮ ਦਾ ਘਟਿਆ ਕਰਦਾਰ ਕਿਸ ਕਿਸਮ ਦੀ ਕਟਿਆ ਸ਼ਬਦਾਵਲੀ ਕਿਸ ਕਿਸਮ ਦੇ ਕਟਿਆ ਵਿਚਾਰ ਉਸ ਬੰਦੇ ਨੇ ਰੱਖੇ ਆ ਔਰ ਉਹ ਜਿਹੜੀ ਪਿਛਲੀ ਇਲੈਕਸ਼ਨ ਹੋਈ ਆ 60000 ਤੋਂ ਵੱਧ ਵੋਟਰਾਂ ਨਾਲ ਹਰਿਆ ਬਟੰਡੇ ਤੋਂ ਤੇਰਾ ਕਰਦਾਰ ਕੀ ਹੈ ਤੇਰੀ ਕ੍ਰਿਕਰੇਡੀਬਿਲਟੀ ਹੈ ਕ੍ਰਪਸ਼ਨ ਨਾਲ ਤੂੰ ਭਿੱਜਿਆ ਪਿਆ ਸਾਰਾ ਤੇਰਾ ਟੱਬਰ ਕ੍ਰਪਸ਼ਨ ਦੇ ਨਾਲ ਭਿੱਜਿਆ ਹੋਇਆ ਤੋ ਬਾਦਲ ਪਰਿਵਾਰ ਤਾਂ ਬਾਦਲ ਹੀ ਹੈ ਨਾ ਬਾਦਲ ਨਹੀਂ ਉਸ ਨੂੰ ਮਤਲਬ ਆਪਣੇ ਭਤੀਜੇ ਨੂੰ ਐਮਐਲਏ ਖੜਾ ਕਰ ਮਨਿਸਟਰ ਬਣਾ ਦਿੰਦੇ ਸਨ दैट ਫਿਰ ਪਾਰਟੀ ਘਰ ਦੇ ਵਿੱਚ ਜੋ ਵਿਕਰੇਵਾ ਪਿਆ ਤੋਂ ਇਹ ਸਾਰੀਆਂ ਚੀਜ਼ਾਂ ਲੋਕਾਂ ਦੀ ਜ਼ਹਿਨ ਲੋਕਾਂ ਦੀ ਜ਼ਹਿਨ ਚ ਲੋਕਾਂ ਦਾ ਗੁੱਸਾ ਭਰਿਆ ਪਿਆ ਇਸ ਕਰਕੇ ਉਹ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਹੈ ਪਰ ਇਹਦੇ ਚ ਇੱਕ ਚੀਜ਼ ਇਹ ਹੈ ਕਿ ਆਖਰ ਹੁਣ ਜੇ ਮੋਰਚੇ ਤੇ ਕੋਈ ਵੀ ਬੰਦਾ ਸਮਰਥਨ ਦੇਣ ਲਈ ਆਉਂਦਾ ਆ ਲੱਗਦਾ ਨਹੀਂ ਵੀ ਅੱਜ ਦੀ ਘੜੀ ਜਦੋਂ ਤੁਸੀਂ ਇੱਕ ਪਾਸੇ ਜੰਗ ਲੜ ਰਹੇ ਹੋ ਤਾਂ ਉਸ ਸਮੇਂ ਦੇ ਦੌਰਾਨ ਤਾਂ ਤੁਹਾਨੂੰ ਜਿਵੇਂ ਕਹਿੰਦੇ ਨੇ ਵੀ ਛੋਟੇ-ਛੋਟੇ ਚੀਜ਼ ਸਹਾਈ ਹੁੰਦੀ ਆ ਉਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਜੇ ਹੋਊਗਾ ਉਹਦਾ ਤੁਹਾਨੂੰ ਨਹੀਂ ਲੱਗਦਾ ਵੀ ਨੁਕਸਾਨ ਹੁੰਦਾ ਦੇਖੋ ਉਹਦੇ ਵਿੱਚ ਕੌਣ ਥੋੜਾ ਸਹਾਈ ਹੋ ਰਿਹਾ ਉਹ ਸਹਾਈ ਹੋ ਰਿਹਾ ਜਿਨ੍ਹਾਂ ਨੇ ਪਹਿਲਾਂ ਇਹੀ ਮੁੱਦਿਆਂ ਦੇ ਉੱਤੇ ਸਿੱਖਾਂ ਦਾ ਵਿਰੋਧ ਕੀਤਾ ਸਮਝੇ ਕਿ ਨਹੀਂ ਹੁਣ ਜਿਹੜਾ ਭੁੱਲਰ ਦੀ ਰਿਹਾਈ ਦੇ ਵਿੱਚ ਸਭ ਤੋਂ ਪਹਿਲਾ ਵੱਡਾ ਅਰੋੜਾ ਉਸ ਵੇਲੇ ਬਾਦਲ ਸਾਹਿਬ ਜਦੋਂ ਆਪ ਚੀਫ ਮਿਨਿਸਟਰ ਸੀ ਉਹਨੂੰ ਕਿਉਂ ਨਹੀਂ ਰਿਹਾਈ ਕੀਤੀ ਬਾਈ ਕਿਹੜਾ ਤੁਹਾਨੂੰ ਰੋਕ ਰਿਹਾ ਸੀ ਇੱਕ 5 ਮਿੰਟਾਂ 'ਚ ਤੁਸੀਂ ਉਸ ਦੇ ਵਿਚਾਰੇ ਦੀ ਰਿਹਾਈ ਕਰ ਸਕਦੇ ਸੀ ਆ ਬੀਜੇਪੀ ਨੇ ਕਰਕੇ ਨਹੀਂ ਦਿਖਾਈ ਕਿਸ ਕਿਸਮ ਦੇ ਕਾਤਲਾਂ ਨੂੰ ਉਹਨਾਂ ਨੇ ਬਰੀ ਕੀਤਾ ਸਮਝੇ ਕਿ ਨਹੀਂ ਕਿੰਨੇ ਕਿੰਨੇ ਨਾਂ ਲਵਾਂ ਤੋ ਇਹ ਇਹ ਤਾਂ ਵਿਚਾਰਾ ਇਹਦਾ ਕਿੱਡਾਕ ਦੋਸਤੀ ਸਾਰਾ ਟੱਬਰ ਇਸਦਾ ਸਮੇਤ ਸਿੰਘ ਸੈਣੀ ਨੇ ਬਰਬਾਦ ਕਰ ਦਿੱਤਾ ਤਬਾਹ ਕਰ ਦਿੱਤਾ ਤੋ ਉਸ ਦੇ ਉੱਤੇ ਬਾਦਲ ਸਭ ਦੂਜੇ ਪਾਸੇ ਖੜੇ ਸੀਗੇ ਇਹ ਤਾਂ ਗੱਲ ਹੁਣ ਮਤਲਬ ਐ ਐਡੀ ਸਚਾਈ ਆ ਜਿਸ ਨੂੰ ਲੁਕੋਇਆ ਨਹੀਂ ਜਾ ਸਕਦਾ ਤੋ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਸ ਗੱਲ ਦੀ ਰੰਜਿਸ਼ ਹੈ ਔਰ ਉਹ ਰੰਜਿਸ਼ ਦਾ ਆਪਣਾ ਜੋ ਜੋ ਵੀ ਉਪਰ ਘਟਾਵਾ ਕਰ ਰਹੇ ਆ ਪਰ ਮਾੜੀ ਗੱਲ ਆ ਕਿਸੇ ਬਜ਼ੁਰਗ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਧੱਕਾ ਮੁੱਕੀ ਕਰਨਾ ਠੀਕ ਨਹੀਂ ਪਰ ਆਪਣਾ ਗੁੱਸਾ ਜ਼ਰੂਰ ਤੁਸੀਂ ਜ਼ਾਹਰ ਕਰੋ ਕਿਉਂ ਨਾ ਕਰੋ ਕਿਉਂ ਨਾ ਕਰੋ ਤੋਂ ਇਸ ਕਰਕੇ ਉਹ ਗੁੱਸਾ ਜ਼ਾਹਰ ਕਰਨ ਦੇ ਹੋਰ ਬਹੁਤ ਤਰੀਕੇ ਆ ਹੁਣ ਦਾਦੂਵਾਲ ਕਿਸ ਕਿਸਮ ਦਾ ਹੈ ਮੈਂ ਸਿੱਧੇ ਤੌਰ ਤੇ ਮੋਦੀ ਦੇ ਨਾਲ ਖੜਾ ਹੋ ਉਪਰ ਹੀ ਕਹਿ ਰਹੇ ਆ ਕਿਸ ਤਰੀਕੇ ਦੇ ਨਾਲ ਜਦੋਂ ਉੱਥੇ ਦਾ ਮੋਰਚਾ ਜਿਹੜਾ ਸੀਗਾ ਆਪਰਾ ਹੈ ਬਾਬਲ ਕਲਾਂ ਵਾਲਾ ਬਾਬਲ ਕਲਾਂ ਵਾਲਾ ਉਸ ਮੋਰਚੇ ਨੂੰ ਵੇਚ ਕੇ ਗਏ ਆ ਇਹ ਤੇ ਉਹ ਦੂਜਾ ਕੀ ਉਹ ਮੰਡ ਦੋਨਾਂ ਨੇ ਵੇਚਿਆ ਪੈਸਾ ਖਾਦਾ ਜਿਹੜਾ ਇਕੱਠਾ ਕੀਤਾ ਵਾਸੀਂ ਔਰ ਕਿਸ ਤਰੀਕੇ ਨਾਲ ਲੋਕਾਂ ਨੂੰ ਗਲਤ ਮਤਲਬ ਵਾਦੇ ਕੀਤੇ ਜਿਹੜੇ ਕਿ ਫੇਕ ਸੀਗੇ ਝੂਠੇ ਸੀ ਬੇਕਾਰ ਸੀ ਤਾਂ ਇਹ ਲੋਕ ਮਤਲਬ ਇਸ ਗੱਲ ਦੇ ਉੱਤੇ ਜੇ ਹੁਣ ਮਤਲਬ ਸਿੱਖਾਂ ਨੂੰ ਵਿਚਾਰਿਆਂ ਨੂੰ ਗੁੱਸਾ ਹੈਗਾ ਤਾਂ ਕਰਨ ਤਾਂ ਕੀ ਕਰਨ ਨੌਜਵਾਨ ਬੱਚੇ ਆ ਉਹ ਵਿਚਾਰੇ ਸੱਚੇ-ਸੱਚੇ ਉਹ ਵਿਚਾਰੇ ਮਤਲਬ ਆਪਣਾ ਗੁੱਸਾ ਜ਼ਾਹਰ ਕਰ ਰਹੇ ਜਵਾਨੀ ਦੇ ਵਿੱਚ ਜੋਸ਼ ਹੁੰਦਾ ਆਪਣੇ ਮਤਲਬ ਤੁਸੀਂ ਜੋਸ਼ ਦੇ ਉੱਤੇ ਕੰਟਰੋਲ ਨਹੀਂ ਕਰ ਸਕਦੇ ਤੋਂ ਇਸ ਕਰਕੇ ਉਹ ਗੱਲ ਇਹਨੂੰ ਵੀ ਮਤਲਬ ਜਿਹੜੇ ਆਪਣਾ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਵੀ ਫਰਾਖ ਦੇ ਲਈ ਦਿਖਾਉਣੀ ਚਾਹੀਦੀ ਵੀ ਕੀ ਗੱਲ ਆ ਕੋਈ ਗੱਲ ਨਹੀਂ ਬੱਚੇ ਆ ਘਰਾਂ ਦੇ ਵਿੱਚ ਬੱਚੇ ਨਹੀਂ ਨਰਾਸ਼ ਹੋ ਜਾਂਦੇ ਤੋਂ ਲੈ ਆਪਣੇ grandchildren ਤੁਹਾਡੇ ਆਪਣੇ ਬੱਚੇ ਕਈ ਵਾਰੀ ਬਹੁਤ ਤੁਹਾਡੇ ਤੇ ਗੁੱਸਾ ਕਰਦੇ ਆ ਫਿਰ ਤੁਸੀਂ ਉਹਨਾਂ ਨੂੰ ਇਹ ਥੋੜੋ ਵੀ ਜੇਲ੍ਹਾਂ ਚ ਭੇਜ ਦਿਓ ਜਾਂ ਉਹਨਾਂ ਤੇ ਕੇਸ ਰਜਿਸਟਰ ਕਰ ਦਿਓ ਇਹ ਚੀਜ਼ਾਂ ਤਾਂ ਤੁਹਾਨੂੰ ਬੜੀ ਫਿਰ ਥੋ ਤੁਸੀਂ ਆਪਣਾ ਦੇਖੋ کردار ਕੀ ਹੈ ਤੁਹਾਡਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੜੀ ਸਹਿਨਸ਼ੀਲਤਾ ਦੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਹਾਂ ਸਤੂ ਜ਼ਰੂਰ ਗਲਤੀਆਂ ਹਾਂ ਅਸੀਂ ਇਹਨਾਂ ਗਲਤੀਆਂ ਦੇ ਲਈ ਅਸੀਂ ਤੁਹਾਨੂੰ ਮਾਫੀ ਮੰਗਦੇ ਹਾਂ ਪੰਥ ਤੋਂ ਮਾਫੀ ਮੰਗਦੇ ਹਾਂ ਸਮਝੇ ਕਿ ਨਹੀਂ ਹੁਣ ਦੇਖੋ ਇਹ ਰੱਬ ਦਾ ਇੱਕ ਖੇਡ ਆ ਕੋਈ ਆਦਮੀ ਨੋਬਾਡੀ ਕੈਨ ਕਾਲ ਹਿਮਸੈਲਫ ਅ ਲੱਕੀ ਅਨਲੈਸ ਹੀ ਯੂ ਸੀ ਹਿਸ ਐਂਡ ਜੋ ਅੰਤ ਆ ਬੰਦੇ ਦਾ ਨਾ ਪਰਮਾਤਮਾ ਕੰਨੀ ਹੋ ਉਹ ਅੰਤ ਉਹਦਾ ਕਿਸ ਕਿਸਮ ਦਾ ਤਾਂ ਉਹਨੂੰ ਤੁਸੀਂ ਲੱਕੀ ਕਹਿ ਸਕਦੇ ਹੁਣ ਬਾਦਲ ਸਭ ਲੱਕੀ ਤੇ ਲੱਕੀ ਤੇ ਲੱਕੀ ਸੀਗੇ ਲੇਕਿਨ ਅੰਤ ਕਿੱਥੇ ਹੋ ਗਿਆ ਪਰਮਾਤਮਾ ਤੋਂ ਡਰੋ ਗੁਰੂ ਤੋਂ ਡਰੋ ਸੱਚੇ ਪਾਤਸ਼ਾਹ ਤੋਂ ਸਮਝੇ ਕਿ ਨਹੀਂ ਅੰਤ ਕਿੰਨਾ ਮਾੜਾ ਅੱਜ ਉੱਥੇ ਬੈਠੇ ਆ ਆਪਣੇ ਘਰ ਦੇ ਵਿੱਚ ਸਮਝੇ ਕਿ ਨਹੀਂ ਪੰਜ ਵੀਰੀ ਤੁਸੀਂ ਚੀਫ ਮਿਨਿਸਟਰ ਬਣੇ ਹੋ ਤੁਸੀਂ ਕੋਈ ਵੀ ਇੱਕ ਪੈਸਾ ਵੀ ਇਹ ਬਾਦਲ ਪਰਿਵਾਰ ਨੇ ਆਪਣੇ ਪੱਲਿਓ ਆਪਣੇ ਪੱਲਿਓ 5 ਰੁਪਏ ਵੀ ਕਿਤੇ দান ਕੀਤੇ ਹੁਣ ਮੈਨੂੰ ਤੁਸੀਂ ਦੱਸੋ ਮੈਂ ਜਾਣਦਾ ਮੈਂ ਉਸ ਇਲਾਕੇ ਦਾ ਆਪਣੇ ਪੱਲੋਂ 5 ਰੁਪਏ ਕਿਸੇ ਗਰੀਬ ਨੂੰ ਦਿੱਤੇ ਹੁਣ ਕਿਸੇ ਸਕੂਲ ਨੂੰ ਦਿੱਤੇ ਹੁਣ ਕਿਸੇ ਕਾਲਜ ਨੂੰ ਦਿੱਤੇ ਮਨ ਮਨਪ੍ਰੀਤ ਵਿੱਚ ਉਹੀ ਪਰਿਵਾਰ ਉਹੀ ਉਹੀ ਖੂਨ ਸਮਝੇ ਕਿ ਨਹੀਂ ਤੋ ਇਹਨਾਂ ਲੋਕਾਂ ਨੇ ਲੋਕਾਂ ਦਾ ਖੂਨ ਚੁੱਸਿਆ ਮਨਪ੍ਰੀਤ ਆਪਣੇ ਤਰੀਕੇ ਦੇ ਨਾਲ ਦੂਜਾ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਉਹ ਆਪਣੇ ਤਰੀਕੇ ਦੇ ਨਾਲ ਸਮਝੇ ਕਿ ਨਹੀਂ ਤੋ ਜੋ ਕੁਝ ਅੱਜ ਪੰਜਾਬ ਦੇ ਵਿੱਚ ਹਰ ਪਹਿਲੂ ਤੋਂ ਗ੍ਰਾਵਟ ਆਈ ਆ ਉਸ ਦੇ ਵਿੱਚ ਸਾਰਾ ਸਾਰਾ ਟੱਬਰ ਜ਼ਿੰਮੇਵਾਰ ਹੈ ਪਰ ਜੇ ਹੁਣ ਜਿਵੇਂ ਉਹ ਮੋਰਚਾ ਲੱਗਿਆ ਖੈਰ ਜੇ ਕਈ ਸੰਘਰਸ਼ ਤਾਂ ਪੁਰਾਣੇ ਲੰਬੇ ਸਮਿਆਂ ਤੋਂ ਹੀ ਲਗਾਤਾਰ ਹੁੰਦੇ ਆਏ ਨੇ ਕੋਈ ਵੀ ਚੀਜ਼ ਨੂੰ ਮੰਗ ਨੂੰ ਆਪਦੀ ਨੂੰ ਪੂਰਾ ਕਰਾਉਣ ਦੇ ਵਾਸਤੇ ਪਰ ਦੂਜਾ ਇੱਕ ਪਹਿਲੂ ਇਹ ਸਮਝਦੇ ਹੋ ਕਿ ਆਖਰਕਾਰ ਜੇ ਇਸ ਤਰ੍ਹਾਂ ਦੇ ਨਾਲ ਵੀ ਕੋਈ ਨਾਲ ਉਹ ਹੁੰਦਾ ਕਿ ਜਿਵੇਂ ਗੱਲਾਂ ਆਮ ਤੌਰ ਤੇ ਕਈ ਦੇਸ਼ਾਂ ਦੇ ਮਸਲੇ ਸੀ ਦੇਖਦੇ ਆ ਯੂਨੋ ਤੱਕ ਪਹੁੰਚ ਜਾਂਦੇ ਨੇਗੇ ਇਹ ਐਜੂਕੇਸ਼ਨ ਦੀ ਕਾਰਟ ਹੈ ਜਾਂ ਸਿਸਟਮ ਦੀ ਇਹ ਹੈ ਕਿ ਆਖਰਕਾਰ ਇਹ ਮਸਲੇ ਨੂੰ ਲੈ ਕੇ ਉੱਥੇ ਲੈ ਜਾਂਦੀ بجائے ਇੱਕ ਮੋਰਚੇ ਤੱਕ ਤਾਂ ਲੱਗੀ ਆ ਸਾਰੀ ਦੀ ਸਾਰੀ ਡਿਊਟੀ ਆ ਕਮਜ਼ੋਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਬਿਠੇ ਆ ਬਾਦਲ ਸਾਹਿਬ ਉਹੀ ਕਰਤਾ ਕਰਤਾ ਨੇ ਉਹਨਾਂ ਦੇ ਜੋ ਚਾਹੁੰਦੇ ਆ ਉਹੀ ਕੁਝ ਹੁੰਦਾ ਜਿਹਨੂੰ ਚਾਹੁੰਦੇ ਆ ਪ੍ਰਦਾਨ ਬੰਦਾ ਸਮਝੋ ਉਹਨਾਂ ਦੀ ਮੈਜੋਰਟੀ ਆ ਤਾਂ ਉਹ ਮਤਲਬ ਇਹ ਤਾਂ ਗੁਨਾਹਗਾਰ ਰਹਿਤਾ ਹੈ ਕਿ ਬਾਦਲ ਸਾਹਿਬ ਉਹਦਾ ਖਮਿਆਜ਼ਾ ਤਾਂ ਫਿਰ ਜਿਨ੍ਹਾਂ ਨੇ ਉਹਨਾਂ ਦੇ ਜੋ ਵੀ ਕਾਰਨਾਮੇ ਆ ਉਹਨਾਂ ਦੇ ਉੱਤੇ ਇਸ ਕਿਸਮ ਦੀ ਪੋਜੀਸ਼ਨਾਂ ਲਈਆਂ ਇਸ ਕਿਸਮ ਦੀਆਂ ਤਨਖਾਹਾਂ ਲਈਆਂ ਇਸ ਕਿਸਮ ਦੀ ਲੁੱਟ ਮਚਾਈ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਤਖਮਿਆ ਸਾਹਿਬ ਪੁਤਨਾ ਪਊ ਗਈ ਨਾ ਸਮਝੇ ਨਹੀਂ ਤੋ ਇਹ ਸਾਰੀ ਦੀ ਸਾਰੀ ਗੱਲ ਜੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਮਤਲਬ ਸੰਜੀਦਾ ਹੋਵੇ ਸincere ਹੋਵੇ ਤਾਂ ਉਹਨੂੰ ਤਾਂ ਚਾਹੀਦਾ ਸੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਯੂਨੈਚ ਵੀ ਤੁਸੀਂ ਕਰਦੇ ਜਾਂ ਕੋਈ ਵੱਡਾ ਵਕੀਲ ਹੈ ਵੀ ਸਾਡੀਆਂ ਤਾਂ ਸਾਰੀਆਂ ਵੱਡਾ ਵਕੀਲ ਹਾਇਰ ਕਰਕੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਸਾਰੇ ਦਾ ਸਾਰਾ ਕੇਸ ਲੈ ਕੇ ਉਹ ਤਾਂ ਵਿਚਾਰੇ ਬੰਦੇ ਜਿਹੜੇ ਅੰਦਰ ਬੈਠੇ ਆ 25 25 30 30 35 35 ਸਾਲਾਂ ਦੀਆਂ ਕੈਦਾਂ ਕੱਟ ਕੇ ਟੁੱਟ ਚੁੱਕੇ ਆ ਨਾ ਤਾਂ ਉਹਨਾਂ ਕੋਲ ਕੋਈ ਖਾਣ ਪੀਣ ਨੂੰ ਕੁਛਾ ਨਾ ਕੱਪੜਾ ਨਾ ਕੋਈ ਰਹਿਣ ਰਹਿائش ਨਾ ਕਿ ਉਹਨਾਂ ਉਹਨਾਂ ਦੀ ਜਿੰਦਗੀ ਹੁਣ ਕੀ ਰਹੇਗੀ ਵਿਚਾਰਿਆਂ ਦੀ ਤੋ ਦੁਨੀਆ ਦੇ ਵਿੱਚ ਇਸ ਕਿਸਮ ਦਾ ਜ਼ੁਲਮੋ ਸਤਮ ਕਿਸੇ ਵੀ ਕਮਿਊਨਿਟੀ ਨਾਲ ਹੋਇਆ ਤਾਂ ਸਿੱਖ ਸਭ ਤੋਂ ਪਹਿਲਾਂ ਜਿਨ੍ਹਾਂ ਨਾਲ ਇਸ ਕਿਸਮ ਦਾ ਮਤਲਬ ਜਾਤੀਆਂ ਇਸ ਕਿਸਮ ਦੀ ਤੱਕਾ ਜੋਰੀ ਇਸ ਕਿਸਮ ਦੇ ਰਿਪਰੈਸ਼ਨ ਇਸ ਕਿਸਮ ਦਾ ਜਿਹੜਾ ਹੈਗਾ ਮਤਲਬ ਜੋ ਗੁਨਾਹ ਹੋ ਰਿਹਾ ਤੋ ਇਹ ਤਾਂ ਮਤਲਬ ਸਿੱਖ ਤਾਂ ਵਿਚਾਰੇ ਸਫਰੀ ਕਰ ਰਹੇ ਆ ਔਰ ਉਹਦੇ ਵਿੱਚ ਨੌਜਵਾਨ ਹੀ ਵਿਚਾਰੇ ਜਿਹੜੇ ਨੌਜਵਾਨ ਜੇਲਾ ਚ ਗਏ 30 35 35 ਸਾਲੋਂ ਬੁੱਢੇ ਹੋ ਗਏ ਵਿਚਾਰੇ ਉੱਤੇ ਬੈਠੇ ਤੋ ਇਸ ਕਰਕੇ ਉਹ ਐਂਗਲ ਦੇਖਣਾ ਚਾਹੀਦਾ ਉਸ ਐਂਗਲ ਨੂੰ ਦੇ ਕੇ ਸਹਜ ਦੇ ਵਿੱਚ ਆ ਕੇ ਤੁਸੀਂ ਉਹਨਾਂ ਨੂੰ ਮਤਲਬ ਜੇ ਤੁਹਾਡੇ ਗੁਨਾਹ ਹੋਏ ਹੈ ਤੁਸੀਂ ਮਾਫੀ ਮੰਗੋ ਤੁਸੀਂ ਕਹੋ हे ਸੱਚੇ ਪਾਤਸ਼ਾਹ ਮੈਨੂੰ ਇਸ ਇਸ ਗੱਲ ਦੀ ਮaaf ਕਰ ਦੇ ਸਮਝੇ ਕਿ ਨਹੀਂ ਤੋ ਤੁਸੀਂ ਤਾਂ ਆਪਣੇ ਸਵਾਰਥ ਲਈ ਆਪਣੇ ਪਰਿਵਾਰ ਲਈ ਸਾਰਾ ਕੁਝ ਮਤਲਬ ਤੁਸੀਂ ਕੌਮ ਨੂੰ ਮਤਲਬ ਉਸ ਦੇ ਉੱਤੇ ਕੁਰਬਾਨ ਕਰ ਦਿੱਤਾ ਸਮਝੇ ਕਿ ਕਿੱਥੇ ਕਿੱਡਾ ਮਤਲਬ ਕਿੱਡੇ ਆਦਰਸ਼ ਸੀ ਸਾਡੇ ਗੁਰੂਆਂ ਦੇ ਉਹਨਾਂ ਨੇ ਪਰਿਵਾਰ ਮਤਲਬ ਸਾਰੀ ਕੌਮ ਦੇ ਲਈ ਮਤਲਬ ਕੁਰਬਾਨ ਕਰ ਦਿੱਤਾ ਇੱਥੇ ਕੌਮ ਨੂੰ ਕੁਰਬਾਨ ਕਰ ਦਿੱਤਾ ਪਰਿਵਾਰ ਦੇ ਲਈ ਪਰ ਇੱਕ ਲਾਸਟ ਚੈਨਕ ਪੁੱਛੂੰਗਾ ਵੀ ਐਸਜੀਪੀਸੀ ਨੂੰ ਲੈ ਕੇ ਸਵਾਲ ਉਹ ਹਰ ਇੱਕ ਤਰ੍ਹਾਂ ਦੇ ਚਾਹੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਆ ਬੇਅਦਬੀਆਂ ਨੂੰ ਲੈ ਕੇ ਹਰ ਇੱਕ ਚੀਜ਼ ਦੇ ਉੱਤੇ ਐਸਜੀਪੀਸੀ ਤੇ ਗੱਲ ਆ ਕੇ ਮੁੱਕ ਜਾਂਦੀ ਹੈ ਤੇ ਲੱਗਦਾ ਉਹ ਵੀ ਇੱਕ ਰੋਲ ਹੈ ਜਿਹੜਾ ਕਿ ਤਰ੍ਹਾਂ ਕਿਤੇ ਵੀ ਅਖਰ-ਖਰ ਪੂਰਾ ਨਹੀਂ ਉਹਨਾਂ ਨੇ ਨਿਭਾਇਆ ਬਿਲਕੁਲ ਦੇਖੋ ਐਸਜੀਪੀਸੀ ਸਿੱਖਾਂ ਦੀ ਸਰਮੌਰ ਦਿੱਤੇ ਬੰਦੀ ਹੈ ਉਸ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਪ੍ਰਚਾਰ ਕਰਦੇ ਆ 크੍ਰਿਸਚੀਅਨਿਟੀ ਜਿਹੜੀ ਇਸ ਕਿਸਮ ਦਾ ਫੈਲਾਅ ਹੋਇਆ ਕਿਉਂ ਹੋਇਆ ਬਈ ਇਸ ਕਰਕੇ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਪ੍ਰਚਾਰ ਪ੍ਰਸਾਰ ਕੀਤਾ ਨਹੀਂ। ਉਹਨਾਂ ਦੇ ਸਕੂਲਾਂ ਕਾਲਜਾਂ 'ਚ ਸਹੀ ਕਿਸਮ ਦੀ ਮੈਨੇਜਮੈਂਟ ਨਹੀਂ ਹੈ। ਸਹੀ ਕਿਸਮ ਦੇ ਟੀਚਰ ਨਹੀਂ। ਸਹੀ ਕਿਸਮ ਦੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ ਬੱਚਿਆਂ ਨੂੰ। ਸਮਝੇ ਕਿ ਨਹੀਂ? ਤਾਂ ਉਹ ਜ਼ਿੰਮੇਵਾਰੀ ਕਿਸ ਦੀ ਹੈ? ਉਹ ਤਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਰਨਕੁਨ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ। ਤਾਂ ਉਹਨਾਂ ਨੂੰ ਆਪਣੇ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਨੂੰ ਚਾਹੀਦਾ ਕਹਿਣਾ ਚਾਹੀਦਾ ਜੇ ਸੱਤ ਹੋਈਆਂ ਗਲਤੀਆਂ ਸਾਨੂੰ ਪੰਥ ਮਾਫ ਕਰ ਦੇਵੇ ਅਸੀਂ ਅੱਗੇ ਤੋਂ ਇਸ ਆਪਣੀਆਂ ਜਿੰਨੇ ਵੀ ਕਾਰਨਾਮੇ ਆ ਉਹਨਾਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹੀ ਤਰੀਕਾ ਹੋ ਸਕਦਾ ਹੋ ਤੋ ਕੋਈ ਤਰੀਕਾ ਨਹੀਂ ਸੋ ਇਹ ਬਿਲਕੁਲ ਕੋਈ ਜੀਪੀਸੀ ਦੇ ਸਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਤੇ ਤਰਕਾਂ ਦੇ ਨਾਲ ਜਿਵੇਂ ਜੇ ਕਹੀਏ ਕਿ ਗੁਰਦਸ਼ਨ ਟਿਲੋਂ ਹੋਰਾਂ ਨੇ ਜਿਹੜੀ ਹਰੇਕ ਚੀਜ਼ ਨੂੰ ਰੱਖਿਆ ਤਾਂ ਉਹਦੇ ਵਿੱਚ ਇਹ ਹੈ ਕਿ ਆਖਰਕਾਰ ਫਿਰ ਗੁੱਸਾ ਤਾਂ ਕਿਸੇ ਗੱਲ ਦਾ ਹੋਣਾ ਨਹੀਂ ਚਾਹੀਦਾ ਕਿਉਂਕਿ ਜੋ ਸਿੱਖਿਆ ਕਰਕੇ ਅਸੀਂ ਸਿੱਖੀ ਨੂੰ ਤੇ ਜੇ ਕਹੀਏ ਕਿ ਸਿੱਖ ਨੌਜਵਾਨ ਨੂੰ ਅੱਗੇ ਵਧਾਉਣਾ ਸੀਗਾ ਉਹਨੂੰ ਤਾਂ ਉਸ ਪੈਰੀ ਅਸੀਂ ਕਰ ਨਹੀਂ ਪਾਏ ਫਿਰ ਹਾਂ ਪਰ ਜਦੋਂ ਉਹਨੇ ਕੋਈ ਇਸ ਤਰ੍ਹਾਂ ਦੇ ਨਾਲ ਤਿੱਖੇ ਤੌਰ ਤੇ ਤੁਹਾਨੂੰ ਹੀ ਸਵਾਲ ਜਵਾਬ ਕਰ ਲਿਆ ਜਾਂ ਕਹਦੀਏ ਜਿਵੇਂ ਕਹਿੰਦੇ ਹੁੰਦੇ ਆ ਵੀ ਜਵਾਕ ਅੱਗੋਂ ਬੋਲ ਪਿਆ ਤਾਂ ਆਖਰ ਫਿਰ ਉਹਦਾ ਗੁੱਸਾ ਵੀ ਕਿਸ ਗੱਲ ਦਾ ਪਹਿਲਾਂ ਸ਼ੁਰੂਆਤ ਖੁਦ ਤੋਂ ਕਰਨੀ ਪਊਗੀ ਗੱਲ ਇਹ ਹੈ ਕਿ ਆਪਦੇ ਮੂਫਾਦ ਛੱਡਣੇ ਪੈਣਗੇ ਤਾਂ ਫਿਰ ਜੇਕਰ ਅਸੀਂ ਅੱਜ ਵੀ ਜੇ ਕਹੀਏ ਕਿ ਸ਼ੁਰੂਆਤ ਇਸ ਤਰ੍ਹਾਂ ਦੀ ਕਰ ਲਾਂ ਨੇ ਕਿ ਆਪਦੀ ਸਿੱਖੀ ਸਿੱਖ ਨੌਜਵਾਨ ਨੂੰ ਅਸੀਂ ਸਮਝਦੇ ਹਾਂ ਵੀ ਉਹਨੂੰ ਸੂਝ-ਬੂਝ ਸਾਰੀ ਹੋਵੇ ਚੰਗਾ ਸਿੱਖਿਆਕ ਹੋਵੇ ਤਾਂ ਫਿਰ ਕੱਲ ਨੂੰ ਇਸ ਤਰ੍ਹਾਂ ਦੇ ਨਤੀਜੇ ਨਹੀਂ ਆਉਣਗੇ ਤੇ ਹੋਰ ਸੌਖਾ ਇਹ ਹੋ ਜਾਊਗਾ ਕਿ ਆਖਰਕਾਰ ਇਹ ਜਿਹੜੇ ਅੱਜ ਮੋਰਚਾ ਤੱਕ ਗੱਲਾਂ ਸੀਮਤਾ ਨੇ ਉਹ ਮੋਰਚਾ ਤੱਕ ਨਹੀਂ ਬਲਕਿ ਕਾਨੂੰਨੀ ਤੌਰ ਤੇ ਵੀ ਸਿੱਖੀ ਸੋਚ ਅੱਗੇ ਵਧਦੀ ਹੋਈ ਦਿਖ ਸਕਦੀ ਆ ਵੀਡੀਓ ਜਰਨਲਿਸਟ ਆਮਨ ਦੇ ਨਾਲ ਮਿਸਿੰਗ ਰੋਜਾਨਾ ਸਪੋਕਸਮੈਨ ਟੀਵੀ ਚੰ